ਦੋਸਤੋ 1986 ਜਾਂ 85 ਸੀ ਜਦੋਂ ਮੈਂ ਗਜ਼ਲ ਲਿਖੀ ਉਹ ਤੁਹਾਨੂੰ ਸਾਂਝੀ ਕਰਨੀ ਚਾਹੁੰਦਾ ਕਿ ਘਵਾਚਾ ਫਿਰ ਰਿਹਾ ਦੱਸੋ ਮੇਰਾ ਘਰ-ਬਾਰ ਕਿੱਥੇ ਹੈ ਮੈਂ ਜਿਸ ਤੋਂ ਨਿਖੜਿਆ ਉਹ ਪੰਛੀਆਂ ਦੀ ਡਾਰ ਕਿੱਥੇ ਹੈ ਮੈਂ ਗੂੜੀ ਨੀਂਦ ਵਿੱਚੋਂ ਜਾਗਿਆ ਮੈਨੂੰ ਵਿਖਾਓ ਤਾਂ ਮੈਂ ਜਿਹੜਾ ਸੁਪਨੇ ਵਿੱਚ ਸਾਜਿਆ ਸੰਸਾਰ ਕਿੱਥੇ ਹੈ ਭਰਾਓ ਮੈਂ ਪੰਜਾਬੀ ਹਾਂ ਮੈਂ ਨਾਨਕ ਦਾ ਰਬਾਬੀ ਹਾਂ ਲਿਓ ਜੋੜ ਕੇ ਦੇਵਾ ਟੁੱਟੀ ਤਾਰ ਕਿੱਥੇ ਹੈ ਤੁਸੀਂ ਜਿਸ ਤੇ ਚੜਾਉਣਾ ਸੀ ਤੇ ਉਸਨੇ ਮੁਸਕਰਾਉਣਾ ਸੀ ਮਸੀਹਾ ਲੱਭਦਾ ਫਿਰਦਾ ਪਲੌਦਾਰ ਕਿੱਥੇ ਹੈ ਮੈਂ ਜਿਸ ਦੇ ਨਾਲ ਪੰਜ ਸਦੀਆਂ ਹੰਡਾਈਆਂ ਤੁੱਪ ਸ਼ਾਂ ਬਣ ਕੇ ਮੇਰਾ ਨਾਨਕ ਨਖੋਬ ਦੱਸੋ ਮੇਰਾ ਯਾਰ ਕਿੱਥੇ ਹੈ ਇਹ ਮੇਰਾ ਸਾਜ਼ ਹੈ ਆਵਾਜ਼ ਹੈ ਪ੍ਰਵਾਜ਼ ਵੀ ਵੇਖੋ ਤੇ ਫਿਰ ਦੱਸੋ ਕਿ ਇਸ ਤੋਂ ਵੱਧ ਖਰਾ ਹਥਿਆਰ ਕਿੱਥੇ ਹੈ ਮੈਂ ਮੋਏ ਪੁੱਤਰਾਂ ਨੂੰ ਗਿਣਦਿਆਂ ਖੂਖਾਰ ਨਾ ਬਣ ਜਾਣਾ ਲਿਆਓ ਪਾੜ ਦੇ ਮਾਜ ਦਾ ਅਖਬਾਰ ਕਿੱਥੇ ਹੈ ਮੈਂ ਕਿੱਧਰ ਜਾ ਰਿਹਾ ਵੇਖੋ ਮੇਰਾ ਅਗਲਾ ਪੜਾ ਕਿੱਥੇ ਪਟਕਦੀ ਰੂਹ ਦਾ ਇਸ ਯੁੱਗ 'ਚ ਇਤਬਾਰ ਕਿੱਥੇ ਹੈ ਘਾਟਾ ਫਿਰ ਰਹਾਂ ਦੱਸੋ ਮੇਰਾ ਘਰ-ਬਾਰ ਕਿੱਥੇ ਹੈ ਮੈਂ ਜਿਸ ਤੋਂ ਨਿਕੜਿਆ ਉਹ ਪੰਛੀਆਂ ਦੀ ਡਾਰ ਕਿੱਥੇ ਹੈ ਮੈਂ ਮੋਏ ਪੁੱਤਰਾਂ ਨੂੰ ਗਿਣਦਿਆਂ ਖੋਖਾਰ ਨਾ ਬਣ ਜਾ ਲਿਓ ਪਾੜ ਦੇ ਮਾ ਅੱਜ ਦਾ ਅਖਬਾਰ ਕਿੱਥੇ ਹੈ ਮੈਂ ਕਿੱਧਰ ਜਾ ਰਿਹਾ ਵੇਖੋ ਮੇਰਾ ਅਗਲਾ ਪੜਾ ਕਿੱਥੇ ਪਟਕਦੀ ਰੂਹ ਦਾ ਇਸ ਯੁੱਗ 'ਚ ਇਤਬਾਰ ਕਿੱਥੇ ਹੈ ਗਵਾਚਾ ਫਿਰ ਰਿਹਾ ਦੱਸੋ ਮੇਰਾ ਕਾਰੋਬਾਰ ਕਿੱਥੇ ਹੈ ਤੁਹਾਡਾ ਆਪਣਾ ਗੁਰਪ੍ਰਜਾ ਗੇ